ਸਬਸਕ੍ਰਾਈਬ ਕਰੋ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਅਤੇ ਨਾਲ ਹੀ ਬੈੱਲ ਆਈਕਨ ਨੂੰ ਦਬਾਓ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਦੇ ਲਈ। ਮੇਰਾ ਸੁਪਨਾ ਤਿੰਨ ਚਾਰ ਵਾਰ ਟੁੱਟਿਆ। 2008 ਵਿੱਚ ਜਦੋਂ ਮੈਂ ਪਹਿਲੀ ਐਲਬਮ ਕੀਤੀ ਸੀ ਤੇ ਕੁਛ ਪੰਗਾ ਹੋ ਗਿਆ ਸੀ ਮੈਂ ਤੇ ਮੇਰੀ ਜਿਹੜੀ ਟੀਮ ਸੀ ਉਦੋਂ, ਇਹਨਾਂ ਨੇ ਇੱਕ ਕੇਸ ਕਰਤਾ ਮੇਰੇ ਤੇ। ਬੜੀ ਯੰਗ ਸੀ ਉਦੋਂ, ਮੇਰੀ ਇੰਨੀ ਔਕਾਤ ਨਹੀਂ ਸੀ ਕਿ ਮੈਂ ਕੋਰਟ 'ਚ ਜਾਵਾਂ। ਅਤੇ ਕੇਸ ਲੜਾਂ, ਮੈਨੂੰ ਬੜਾ ਸਟ੍ਰੈਸ ਹੋ ਗਿਆ, ਮੈਂ ਬਹੁਤ ਸੈਡ ਹੋ ਗਈ। ਅਤੇ 2008 ਦੀ ਗੱਲ ਆ, ਬੜੇ ਚਿਰ ਪਹਿਲਾਂ ਦੀ ਗੱਲ ਆ, ਯੂ ਨੋ। ਅਤੇ ਦੈਨ ਜੇ ਮੈਂ ਕੇਸ ਹਾਰ ਜਾਂਦੀ ਤਾਂ ਮੈਨੂੰ ਜੱਜ ਨੇ ਕਹਿਣਾ ਸੀਗਾ ਕਿ ਤੂੰ ਮਿਊਜ਼ਿਕ ਨਹੀਂ ਕਰ ਸਕਦੀ। ਇੱਕ ਇੰਜੰਕਸ਼ਨ ਇੱਕ ਚੀਜ਼ ਹੁੰਦੀ ਆ ਕਿ ਮਤਲਬ ਕਿ ਤੁਸੀਂ ਅਨਐਥੀਕਲ ਕੰਮ ਕਰ ਰਹੇ ਹੋ, ਤੁਸੀਂ ਕੰਟਰੈਕਟ ਬ੍ਰੀਚ ਕੀਤਾ, ਤੁਸੀਂ ਨਾ ਹੁਣ ਮਿਊਜ਼ਿਕ ਨਹੀਂ ਕਰ ਸਕਦੇ, ਯੂ ਆਰ ਡਨ। ਮੈਂ ਹਾਰ ਗਈ, ਮੈਂ ਕੇਸ ਹਾਰ ਗਈ, ਮੈਨੂੰ ਜੱਜ ਨੇ ਕਿਹਾ ਅੱਜ ਤੋਂ ਬਾਅਦ ਯੂ ਆਰ ਨਾਟ ਪਰਮਿਟਿਡ ਟੂ ਰਿਲੀਜ਼ ਐਨੀ ਮਿਊਜ਼ਿਕ। ਮੇਰੀ ਆਵਾਜ਼ ਇਹਨਾਂ ਨੇ ਖੋਹ ਲਈ ਸੀ ਮੇਰੇ ਤੋਂ। ਆਪਾਂ ਯਾਰ ਹੁਣੀ ਫੁੱਲ ਸੈਂਟੀ, ਮੈਂ ਕਿਹਾ ਹੁਣ ਤਾਂ ਜ਼ਿੰਦਗੀ ਖਤਮ ਹੋ ਗਈ ਆ, ਹੁਣ ਕੀ ਕਰਨਾ। ਤੁਸੀਂ ਕਿ ਇੱਕ ਚੀਜ਼ ਸੀ ਲੜ ਕੇ ਪੇਰੈਂਟਸ ਨਾਲ, ਇੰਨਾ ਮੈਂ ਕਿਹਾ ਸੀ ਮੈਂ ਕੁਛ ਕਰਨਾ, ਮੈਂ ਕੁਛ ਕਰਨਾ, 10 ਸਾਲ ਪਹਿਲਾਂ ਦੀ ਗੱਲ ਹੈ। ਐਂਡ ਆਈ ਫੌਟ ਵਿਦ ਮਾਈ ਪੇਰੈਂਟਸ ਐਂਡ ਯੂ ਨੋ ਨਿਕਲਿਆ ਕਿ ਮੈਨੂੰ ਲਾਅ ਸੂਟ ਹੋ ਗਿਆ ਮੇਰੇ 'ਤੇ, ਅਤੇ ਮੈਂ ਹਾਰ ਵੀ ਗਈ। ਚਲੋ ਜੀ, ਮੂੰਹ ਭਾਰ ਡਿੱਗੇ ਆ ਕੇ। ਦੈਨ ਵਟ ਡੂ ਆਈ ਡੂ? ਫਿਰ ਮੈਂ ਇੱਕ ਚੋਇਸ ਸੀਗੀ, ਮੈਂ ਸਾਈਕੋਲੋਜੀ ਪੜ੍ਹ ਰਹੀ ਸੀ, ਸਾਈਕੋਲੋਜੀ ਦੀ ਵੀ ਮੈਂ ਕੀਤੀ ਹੈ ਡਿਗਰੀ, ਅਤੇ ਮੈਂ ਪੜ੍ਹ ਰਹੀ ਸੀ, ਅਤੇ ਮੈਂ ਮੇਰੇ ਪੇਰੈਂਟਸ ਨੇ ਮੈਨੂੰ ਕਿਹਾ ਤੂੰ ਆਰਾਮ ਨਾਲ ਸਾਈਕੋਲੋਜੀ ਪੜ੍ਹ, ਦੇ ਸੈਟਲ ਡਾਊਨ, ਜਸਟ ਲਿਵ ਅ ਨੋਰਮਲ ਲਾਈਫ। ਕਿੱਧਰ ਪੰਗੇ ਤੂੰ ਲੈ ਰਹੀ ਹੈ, ਸਾਡੀ ਫੈਮਿਲੀ 'ਚ ਕੋਈ ਮਿਊਜ਼ੀਸ਼ੀਅਨ ਨਹੀਂ ਹੈਗਾ, ਦਿਸ ਇਨ ਦੈਟ। ਫਿਰ ਦਿਲੋਂ ਆਵਾਜ਼ ਆਈ, ਆਮ ਨ ਫਾਈਟ ਦ ਖੇਸ ਅਗੇਨ। ਸੋ ਆਈ ਫੌਟ ਦ ਖੇਸ ਅਗੇਨ ਐਂਡ ਆਈ ਵਨ ਦ ਖੇਸ ਅਗੇਨ। ਸੋ ਆਪਣੀ ਮੈਂ ਆਵਾਜ਼ ਵਾਪਸ ਜਿੱਤ ਲਈ। ਅਤੇ 2012 ਵਿੱਚ ਇੱਕ ਇੱਦਾਂ ਦਾ ਕਿੱਸਾ ਹੋਇਆ ਸੀ, 2014 'ਚ ਇੱਕ ਹੋਰ ਕਿੱਸਾ ਹੋਇਆ ਸੀ, ਬਹੁਤ ਬਹੁਤ ਕੁਛ ਲੋਕਾਂ ਨੇ ਗਾਣੇ ਚੋਰੀ ਕੀਤੇ। ਮੈਂ ਕਮਰੇ 'ਚ ਕੰਨਾਂ ਅਲੱਗ ਅਲੱਗ ਰੋ ਰੋ ਕੇ ਗਾਣੇ ਲਿਖੇ ਨੇ, ਤੁਸੀਂ ਆਪਣਾ ਨਾਂ ਲੈ ਕੇ ਰਿਲੀਜ਼ ਕਰਤਾ, ਪੈਸੇ ਦਾ ਮੈਨੂੰ ਕਦੇ ਫਰਕ ਨਹੀਂ ਪਿਆ। ਪੈਸੇ ਛਾਪਣੇ ਛਾਪੋ, ਮੈਨੂੰ ਮੇਰਾ ਨਾਂ ਚਾਹੀਦਾ ਇਸ ਦੁਨੀਆਂ 'ਚ, ਮੈਂ ਨਾਮ ਕਰਕੇ ਇਸ ਟਾਈਮ ਹੈਗੀ ਹਾਂ, ਜੋ ਮੇਰਾ ਨਾਮ ਹੈ ਮੇਰੇ ਲਈ ਸਭ ਕੁਛ ਹੈ। ਮੇਰੀ ਮਾਂ ਮੈਨੂੰ ਕਹਿੰਦੀ ਤੂੰ ਬੋਲਦੀ ਬਹੁਤ, ਛੋਟੇ ਹੁੰਦੇ ਮੈਂ ਇੰਨਾ ਬੋਲਦੀ ਸੀ, ਮੈਂ ਹੁਣ ਵੀ ਉਹਨਾਂ ਹੀ ਬੋਲਦੀ ਹਾਂ, ਹੁਣ ਵੀ ਮੈਂ ਕਿਸੇ ਨੂੰ ਬਹਿ ਨਹੀਂ ਦਿੰਦੀ। ਮੰਮੀ ਕਹਿੰਦੇ ਸੀਗੇ ਮੈਂ ਤੇਰੇ ਬੁੱਲਾਂ ਦੇ ਚੱਪਲ ਮਾਰਨੀ ਜੇ ਤੂੰ ਕੁਛ ਇੱਕ ਹੋਰ ਬੋਲ ਬੋਲਦਾ, ਬੁੱਲਾਂ ਦੇ ਚੱਪਲ। ਕੈਨ ਯੂ ਬਿਲੀਵ ਇਟ, ਕਿੰਨਾ ਕਿੰਨਾ ਮਤਲਬ ਰੂਡ ਬਿਹੇਵੀਅਰ ਹੈ। ਇਦਾਂ ਵੀ ਨਹੀਂ ਕਿ ਚਪੇੜ ਪੈਣੀ, ਬੁੱਲਾਂ ਤੇ ਜੁੱਤੀ ਪੈਣੀ, ਆ ਉਸ ਤੇ ਆਹੋ। ਮੇਰੀ 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 ਮੋਮ ਸ਼ੀ ਸ਼ੀ ਇਜ਼ ਅ ਗੈਂਗਸਟਰ, ਮੈਂ ਮੋਮ ਮਾਂ ਤੋਂ ਕਿਤੇ ਨਾ ਕਿਤੇ ਸਿੱਖਿਆ।